ਲਗਾਤਾਰ ਪੈ ਰਹੀ ਗਰਮੀ ਤੋਂ ਬਾਅਦ ਆਖਿਰ ਰਾਹਤ ਮਿਲੀ ਹੈ। ਚੰਡੀਗੜ੍ਹ 'ਚ ਭਾਰੀ ਮੀਂਹ ਪੈਣਾ ਸ਼ੁਰੂ ਹੋਇਆ, ਹਾਲਾਂਕਿ ਇੱਕ ਇੱਕ ਸੈਕਟਰ ਤੋਂ ਸ਼ੁਰੂ ਹੋਇਆ ਔਰ ਹੁਣ ਕਰੀਬ ਕਰੀਬ ਪੂਰੇ ਚੰਡੀਗੜ੍ਹ ਤੇ ਆਸ ਪਾਸ ਦੇ ਇਲਾਕੇ ਦੇ ਵਿੱਚ ਇਹ ਮੀਂਹ ਨਜ਼ਰ ਆਉਣ ਲੱਗਿਆ ਤਾਂ ਇਸ ਮੀਂਹ ਦਾ ਆਨੰਦ ਮਾਣ ਰਹੇ ਨੇ ਲੋਕ। ਔਰ ਦੇਖੋ ਕਿਵੇਂ ਸੜਕਾਂ ਤੇ ਥੋੜੀ ਦੇਰ ਦੇ ਵਿੱਚ ਹੀ ਇੱਥੋਂ ਅੰਦਾਜ਼ਾ ਤੁਹਾਨੂੰ ਹੋ ਜਾਏਗਾ ਕਿ ਮੀਂਹ ਕਿੰਨਾ ਤੇਜ਼ ਹੋਏਗਾ। ਹਲੇ ਥੋੜੀ ਦੇਰ ਪਹਿਲਾਂ ਕਰੀਬ ਅੱਧਾ ਪੌਣਾ ਘੰਟਾ ਕਹਿ ਸਕਦੇ ਹਾਂ ਕਿ ਮੀਂਹ ਪੈਣਾ ਸ਼ੁਰੂ ਹੋਇਆ ਔਰ ਪਾਣੀ ਦੇਖੋ ਕਿਵੇਂ ਨਜ਼ਰ ਆ ਰਿਹਾ। ਹਾਲਾਂਕਿ ਪਾਣੀ ਦਾ ਚੰਡੀਗੜ੍ਹ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆਉਂਦੀ, ਪਰ ਜਦੋਂ ਇੱਕੇ ਦਾ ਮੀਂਹ ਪੈ ਰਿਹਾ ਤਾਂ ਨੀਵੀਆਂ ਥਾਵਾਂ ਤੇ ਇਸ ਤਰ੍ਹਾਂ ਪਾਣੀ ਨਜ਼ਰ ਆਉਣ ਲੱਗਦਾ। ਤਾਂ ਦੇਖੋ ਹਰ ਪਾਸੇ ਤੁਹਾਨੂੰ ਕਣੀਆਂ, ਪਾਣੀ ਤੇ ਮੀਂਹ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ। ਜਿਹੜੇ ਟੂ ਵੀਲਰ ਤੇ ਸਵਾਰ ਲੋਕ ਨੇ ਉਹ ਬੇਸ਼ੱਕ ਇਸ ਮੀਂਹ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹੁਣ, ਪਰ ਨਾਲ ਨਾਲ ਆਨੰਦ ਵੀ ਮਾਣ ਰਹੇ ਨੇ ਇਸ ਮੀਂਹ ਦਾ, ਕਿਉਂਕਿ ਭਾਰੀ ਮੀਂਹ ਤੋਂ ਬਾਅਦ ਇੱਕੇ ਦਮੇ ਰਾਹਤ ਮਿਲੀ ਹੈ। ਮੀਂਹ ਤਾਂ ਠੀਕ ਹੈ, ਇੰਜੋਏ ਕਰ ਰਹੇ ਹੋ, ਪਰ ਯਾਰ ਹੈਲਮਟ ਪਾ ਕੇ ਰੱਖੋ। ਕੋਈ ਨੀ ਪਿਆ, ਪੂਰਾ ਪਰ ਇੰਜੋਏ ਕਰ, ਹੈਲਮਟ ਤਾਂ ਪਾ ਕੇ ਰੱਖੋ ਯਾਰ, ਹੈਲਮਟ ਪਾ ਕੇ, ਹੈਲਮਟ ਪਾ ਕੇ ਮਸਤੀ ਲੈ ਰਹੇ, ਇੰਜੋਏ ਲੈ ਰਹੇ ਭਾਜੀ, ਗਰਮੀ ਤੇ ਰਾਹਤ ਮਿਲ ਗਈ, ਮਜ਼ਾ ਆ ਗਿਆ ਬੋਲਣ ਦਾ, ਮਜ਼ਾ ਆ ਗਿਆ ਪਾਣੀ। ਤਾਂ ਲਓ ਜੀ ਠੀਕ ਹੈ, ਮੀਂਹ ਦਾ ਆਨੰਦ ਮਾਣ ਰਹੇ ਨੇ, ਪਰ ਸੁਰੱਖਿਆ ਵੀ ਜ਼ਰੂਰੀ ਹੈ, ਹੈਲਮਟ ਜ਼ਰੂਰ ਪਾਓ। ਤਾਂ ਇਹ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 39 ਦੀਆਂ ਨੇ, 39 ਤੇ 38 ਵੈਸਟ ਵਾਲੀ ਇਹ ਰੋਡ ਹੈ ਜਿੱਥੇ ਇਹ ਤੁਹਾਨੂੰ ਖੂਬਸੂਰਤ ਤਸਵੀਰਾਂ ਕਿਤੇ ਨਾ ਕਿਤੇ ਹਲਕਾ ਜੀ ਰਾਹਤ ਜਿਹੜੀ ਆ। ਜਦੋਂ ਕਹਿੰਦੇ ਨੇ ਕਿ ਗਰਮੀ ਦੇ ਵਿੱਚ ਤੁਸੀਂ ਕੋਈ ਗਰਮ ਚੀਜ਼ ਦੇਖ ਲਓ ਤਾਂ ਤੁਹਾਨੂੰ ਹੋਰ ਘਬਰਾ ਪੈਣ ਲੱਗਦਾ, ਪਰ ਜਦੋਂ ਗਰਮੀ 'ਚ ਐਸੇ ਮੀਂਹ ਦੀਆਂ ਤਸਵੀਰਾਂ ਨਜ਼ਰ ਆਉਣ, ਏਦਾਂ ਪਾਣੀ ਦੀਆਂ ਤੇ ਏਦਾਂ ਤੇਜ਼ ਮੀਂਹ ਦੇ ਵਿੱਚ ਭਿੱਜਦੇ ਲੋਕ ਨਜ਼ਰ ਆਉਣ, ਤਾਂ ਕਹਿੰਦੇ ਆ ਕਿ ਗਰਮੀ 'ਚ ਠੰਡ ਦਾ ਅਹਿਸਾਸ ਜ਼ਰੂਰ ਹੋਣ ਲੱਗਦਾ। ਤਾਂ ਕਾਫੀ ਰਾਹਤ ਭਰਿਆ ਮੀਂਹ ਕਹਿ ਸਕਦੇ ਹਾਂ, ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਗਰਮੀ ਤੋਂ ਜਿਹੜਾ ਰਾਹਤ ਦਵਾ ਸਕਦਾ। ਹਾਲਾਂਕਿ ਪਿਛਲੇ ਦਿਨਾਂ ਦੌਰਾਨ ਕਾਫੀ ਗਰਮੀ ਪਈ, ਬੇਹੱਦ ਗਰਮੀ ਤੋਂ ਬਾਅਦ ਹੁਣ ਜਿਹੜੀ ਰਾਹਤ ਉਹ ਨਜ਼ਰ ਆਈ ਹੈ, ਰਾਹਤ ਮਿਲੀ ਹੈ। ਤਾਂ ਆਸ ਕਰਦੇ ਹਾਂ ਕਿ ਇਸ ਭਾਰੀ ਗਰਮੀ ਦੇ ਵਿੱਚ ਇਸ ਮੀਂਹ ਤੋਂ ਬਾਅਦ ਅੱਗੇ ਵੀ ਬੇਸ਼ੱਕ ਘੱਟ ਪੈ ਜਾਵੇ, ਪਰ ਮੀਂਹ ਜ਼ਰੂਰ ਪੈਂਦਾ ਰਹੇ ਤੇ ਰਾਹਤ ਜਿਹੜੀ ਉਹ ਲੋਕਾਂ ਨੂੰ ਮਿਲਦੀ ਰਹੇ। ਤਾਂ ਖੈਰ ਇਹਨੂੰ ਰਾਹਤ ਦਾ ਮੀਂਹ ਜ਼ਰੂਰ ਕਹਿ ਸਕਦੇ ਹਾਂ। ਲਗਾਤਾਰ ਪੈ ਰਹੀ ਗਰਮੀ ਤੋਂ ਬਾਅਦ ਆਖਿਰ ਰਾਹਤ ਮਿਲੀ ਹੈ। ਚੰਡੀਗੜ੍ਹ 'ਚ ਭਾਰੀ ਮੀਂਹ ਪੈਣਾ ਸ਼ੁਰੂ ਹੋਇਆ, ਹਾਲਾਂਕਿ ਇੱਕ ਇੱਕ ਸੈਕਟਰ ਤੋਂ ਸ਼ੁਰੂ ਹੋਇਆ ਔਰ ਹੁਣ ਕਰੀਬ ਕਰੀਬ ਪੂਰੇ ਚੰਡੀਗੜ੍ਹ ਤੇ ਆਸ ਪਾਸ ਦੇ ਇਲਾਕੇ ਦੇ ਵਿੱਚ ਇਹ ਮੀਂਹ ਨਜ਼ਰ ਆਉਣ ਲੱਗਿਆ ਤਾਂ ਇਸ ਮੀਂਹ ਦਾ ਆਨੰਦ ਮਾਣ ਰਹੇ ਨੇ ਲੋਕ। ਔਰ ਦੇਖੋ ਕਿਵੇਂ ਸੜਕਾਂ ਤੇ ਥੋੜੀ ਦੇਰ ਦੇ ਵਿੱਚ ਹੀ ਇੱਥੋਂ ਅੰਦਾਜ਼ਾ ਤੁਹਾਨੂੰ ਹੋ ਜਾਏਗਾ ਕਿ ਮੀਂਹ ਕਿੰਨਾ ਤੇਜ਼ ਹੋਏਗਾ। ਹਲੇ ਥੋੜੀ ਦੇਰ ਪਹਿਲਾਂ ਕਰੀਬ ਅੱਧਾ ਪੌਣਾ ਘੰਟਾ ਕਹਿ ਸਕਦੇ ਹਾਂ ਕਿ ਮੀਂਹ ਪੈਣਾ ਸ਼ੁਰੂ ਹੋਇਆ ਔਰ ਪਾਣੀ ਦੇਖੋ ਕਿਵੇਂ ਨਜ਼ਰ ਆ ਰਿਹਾ। ਹਾਲਾਂਕਿ ਪਾਣੀ ਦਾ ਚੰਡੀਗੜ੍ਹ ਦੇ ਵਿੱਚ ਜ਼ਿਆਦਾ ਦਿੱਕਤ ਨਹੀਂ ਆਉਂਦੀ, ਪਰ ਜਦੋਂ ਇੱਕੇ ਦਾ ਮੀਂਹ ਪੈ ਰਿਹਾ ਤਾਂ ਨੀਵੀਆਂ ਥਾਵਾਂ ਤੇ ਇਸ ਤਰ੍ਹਾਂ ਪਾਣੀ ਨਜ਼ਰ ਆਉਣ ਲੱਗਦਾ। ਤਾਂ ਦੇਖੋ ਹਰ ਪਾਸੇ ਤੁਹਾਨੂੰ ਕਣੀਆਂ, ਪਾਣੀ ਤੇ ਮੀਂਹ ਜਿਹੜਾ ਹੈਗਾ ਉਹ ਨਜ਼ਰ ਆ ਰਿਹਾ। ਜਿਹੜੇ ਟੂ ਵੀਲਰ ਤੇ ਸਵਾਰ ਲੋਕ ਨੇ ਉਹ ਬੇਸ਼ੱਕ ਇਸ ਮੀਂਹ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਹੁਣ, ਪਰ ਨਾਲ ਨਾਲ ਆਨੰਦ ਵੀ ਮਾਣ ਰਹੇ ਨੇ ਇਸ ਮੀਂਹ ਦਾ, ਕਿਉਂਕਿ ਭਾਰੀ ਮੀਂਹ ਤੋਂ ਬਾਅਦ ਇੱਕੇ ਦਮੇ ਰਾਹਤ ਮਿਲੀ ਹੈ। ਮੀਂਹ ਤਾਂ ਠੀਕ ਹੈ, ਇੰਜੋਏ ਕਰ ਰਹੇ ਹੋ, ਪਰ ਯਾਰ ਹੈਲਮਟ ਪਾ ਕੇ ਰੱਖੋ। ਕੋਈ ਨੀ ਪਿਆ, ਪੂਰਾ ਪਰ ਇੰਜੋਏ ਕਰ, ਹੈਲਮਟ ਤਾਂ ਪਾ ਕੇ ਰੱਖੋ ਯਾਰ, ਹੈਲਮਟ ਪਾ ਕੇ, ਹੈਲਮਟ ਪਾ ਕੇ ਮਸਤੀ ਲੈ ਰਹੇ, ਇੰਜੋਏ ਲੈ ਰਹੇ ਭਾਜੀ, ਗਰਮੀ ਤੇ ਰਾਹਤ ਮਿਲ ਗਈ, ਮਜ਼ਾ ਆ ਗਿਆ ਬੋਲਣ ਦਾ, ਮਜ਼ਾ ਆ ਗਿਆ ਪਾਣੀ। ਤਾਂ ਲਓ ਜੀ
ਠੀਕ ਹੈ ਮੀਂਹ ਦਾ ਆਨੰਦ ਮਾਣ ਰਹੇ ਨੇ ਪਰ ਸੁਰੱਖਿਆ ਵੀ ਜ਼ਰੂਰੀ ਹੈ, ਹੈਲਮਟ ਜ਼ਰੂਰ ਪਾਓ। ਤਾਂ ਇਹ ਤਸਵੀਰਾਂ ਚੰਡੀਗੜ੍ਹ ਦੇ ਸੈਕਟਰ 39 ਦੀਆਂ ਨੇ, 39 ਤੇ 38 ਵੈਸਟ ਵਾਲੀ ਇਹ ਰੋਡ ਹੈ ਜਿੱਥੇ ਇਹ ਤੁਹਾਨੂੰ ਖੂਬਸੂਰਤ ਤਸਵੀਰਾਂ ਕਿਤੇ ਨਾ ਕਿਤੇ ਹਲਕਾ ਜੀ ਰਾਹਤ ਜਿਹੜੀ ਆ, ਜਦੋਂ ਕਹਿੰਦੇ ਨੇ ਕਿ ਗਰਮੀ ਦੇ ਵਿੱਚ ਤੁਸੀਂ ਕੋਈ ਗਰਮ ਚੀਜ਼ ਦੇਖ ਲਓ ਤਾਂ ਤੁਹਾਨੂੰ ਹੋਰ ਘਬਰਾ ਪੈਣ ਲੱਗਦਾ, ਪਰ ਜਦੋਂ ਗਰਮੀ 'ਚ ਐਸੇ ਮੀਂਹ ਦੀਆਂ ਤਸਵੀਰਾਂ ਨਜ਼ਰ ਆਉਣ, ਏਦਾਂ ਪਾਣੀ ਦੀਆਂ ਤੇ ਏਦਾਂ ਤੇਜ਼ ਮੀਂਹ ਦੇ ਵਿੱਚ ਭਿੱਜਦੇ ਲੋਕ ਨਜ਼ਰ ਆਉਣ, ਤਾਂ ਕਹਿੰਦੇ ਆ ਕਿ ਗਰਮੀ 'ਚ ਠੰਡ ਦਾ ਅਹਿਸਾਸ ਜ਼ਰੂਰ ਹੋਣ ਲੱਗਦਾ। ਤਾਂ ਕਾਫੀ ਰਾਹਤ ਪ੍ਰੇਮੀ ਕਹਿ ਸਕਦੇ ਆ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਇਸ ਗਰਮੀ ਤੋਂ ਜਿਹੜਾ ਰਾਹਤ ਦਵਾ ਸਕਦਾ। ਹਾਲਾਂਕਿ ਪਿਛਲੇ ਦਿਨਾਂ ਦੌਰਾਨ ਕਾਫੀ ਗਰਮੀ ਪਈ, ਬੇਹੱਦ ਗਰਮੀ ਤੋਂ ਬਾਅਦ ਹੁਣ ਜਿਹੜੀ ਰਾਹਤ ਉਹ ਨਜ਼ਰ ਆਈ ਹੈ, ਰਾਹਤ ਮਿਲੀ ਹੈ। ਤਾਂ ਆਸ ਕਰਦੇ ਹਾਂ ਕਿ ਇਸ ਭਾਰੀ ਗਰਮੀ ਦੇ ਵਿੱਚ ਇਸ ਮੀਂਹ ਤੋਂ ਬਾਅਦ ਅੱਗੇ ਵੀ ਬੇਸ਼ੱਕ ਘੱਟ ਪੈ ਜੇ ਪਰ ਮੀਂਹ ਜ਼ਰੂਰ ਪੈਂਦਾ ਰਹੇ ਤੇ ਰਾਹਤ ਜਿਹੜੀ ਉਹ ਲੋਕਾਂ ਨੂੰ ਮਿਲਦੀ ਰਹੇ। ਤਾਂ ਖੈਰ ਇਹਨੂੰ ਰਾਹਤ ਦਾ ਮੀਂਹ ਜ਼ਰੂਰ ਕਹਿ ਸਕਦੇ ਹਾਂ।